ਧੁੱਪ ਹਵਾ ਤੇ ਛਾਂ ਦੇ ਵਰਗੀ, ਧਰਤੀ ਵੀ ਹੈ ਮਾਂ ਦੇ ਵਰਗੀ। ਧੁੱਪ ਹਵਾ ਤੇ ਛਾਂ ਦੇ ਵਰਗੀ, ਧਰਤੀ ਵੀ ਹੈ ਮਾਂ ਦੇ ਵਰਗੀ। ਮਾਂ ਸਿਰਜਣਾ ਮਾਂ ਹੈ ਸ਼ਕਤੀ, ਮਾਂ ਕ੍ਰਿਸ਼ਮਾ ਮਾਂ ਹੈ ਭਗਤੀ। ਮਾਂ ਹੋਣਾ ਆਸਾਨ ਨਾ ਕੋਈ, ਮਾਂ ਹੋਣਾ ਆਸਾਨ ਨਾ ਕੋਈ, ਮਾਂ ਤੋਂ ਵੱਧ ਮਹਾਨ। ਪਹਿਲੀ ਡੇਟ ਪੇ ਕਰੇ ਓਕੇ ਬਾਏ, ਹੋ ਦੇਵਦਾਸ ਕੀ ਤਰ੍ਹਾਂ ਅਫਸੋਸ ਕਰੇ, ਤੋ ਤੂੰ ਹੱਸ ਕੇ ਤੋ ਇਨੋਸੈਂਟ ਸੀ ਸ਼ਕਲ ਬਣਾਏ। ਮਾਂ ਹੋਣਾ ਆਸਾਨ ਨਾ ਕੋਈ, ਮਾਂ ਤੋਂ ਵੱਧ ਮਹਾਨ ਨਾ ਕੋਈ। ਮਿੱਟੀ ਨੀ ਦਾ ਰਿਸ਼ਤਾ ਮਾਂ ਹੈ, ਮਾਂ ਤੇ ਸਭ ਤੋਂ ਸੋਹਣਾ ਨਾ ਹੈ, ਮਾਂ ਤੇ ਸਭ ਤੋਂ ਸੋਹਣਾ ਨਾ ਹੈ। ਸੋ ਥੈਂਕ ਯੂ ਜੀ। ਤੁਹਾਡਾ ਪਿਆਰ ਹੈ ਜਿਹੜਾ ਕੋਈ ਸ਼ੈਂਪੀ ਕਹਿੰਦਾ, ਕੋਈ ਲੱਕੜ ਜੱਪ ਕਹਿੰਦਾ, ਐਕਟਰ ਦੇ ਲਈ ਇੱਕ ਬਹੁਤ ਵੱਡੀ ਬਲੈਸਿੰਗ ਹੁੰਦੀ ਹੈ ਕਿ ਇੱਕ ਲਾਈਫ ਦੇ ਵਿੱਚ ਕਈ ਲਾਈਫ ਜਿਉਂ ਲੈਂਦਾ। ਸਾਡੀ ਫਿਲਮ ਦੇ ਵਿੱਚ ਇੱਕ ਡਾਇਲੌਗ ਹੈ, ਨੇਹਾ ਪਵਾਰ ਬੋਲਦੀ ਹੈ ਕਿ ਮੇਰੇ ਪਾਪਾ ਕਹਿੰਦੇ ਨੇ ਇਹ ਧਰਤੀ ਕੁੜੀਆਂ ਲਈ ਸੇਫ ਨਹੀਂ ਹੈ। ਜੇ ਤੁਸੀਂ ਚਾਹੁੰਦੇ ਹੋ ਕੁੜੀਆਂ ਸੇਫ ਰਹਿਣ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਮਾਵਾਂ ਦੀ ਕਦਰ ਵਧੇ, ਜੇ ਮੁੰਡੇ ਚਾਹੁੰਦੇ ਨੇ ਕਿ ਉਹਨਾਂ ਦੀ ਮਾਂ ਖੁਸ਼ ਰਹੇ, ਜਿਉਂਦੀ ਵੱਸਦੀ ਰਹੇ ਤੇ ਘਰ ਦੇ ਵਿੱਚ ਮੁਹੱਬਤ ਬਣੀ ਰਹੇ, ਤਾਂ ਅਸੀਸ ਫਿਲਮ ਦੇਖ ਕੇ ਜ਼ਰੂਰ ਆਇਓ। ਇਸ ਕਰਕੇ ਦੇਖਿਓ ਕਿ ਤੁਸੀਂ ਰਿਸ਼ਤਿਆਂ ਦੀ ਕਦਰ ਕਰਦੇ ਹੋ, ਤੁਹਾਨੂੰ ਇੱਕ ਸਕੂਨ ਮਿਲੂਗਾ, ਅੱਖਾਂ ਤਰਲ ਹੋਣਗੀਆਂ ਹੱਸੋਂ ਦੇ। ਰਾਜਾ ਵੈਂਡਾ ਦੇ ਤ੍ਰੈ ਚਾਂਟੇ ਲੈ ਲੋ ਪਿਆਰਾ, ਟੋਟਲ ਤੁਸੀਂ ਵੀ ਖੁਸ਼, ਤੁਸਾਂ ਦੀ ਜਾਏ ਵੀ ਖੁਸ਼। ਭਵਿੱਖ ਉਹਨਾਂ ਨੂੰ ਮਿਲਦਾ ਜਿਹੜੇ ਘਰੋਂ ਪੈਰ ਪੱਟਦੇ ਨੇ ਤੇ ਆਪਣੇ ਆਪ 'ਚ ਯਕੀਨ ਰੱਖਦੇ ਨੇ। ਠੀਕ ਹੈ, ਚੰਨ ਚੜ ਗਿਆ ਸਾਡੇ ਵੇੜੇ, ਹੋ ਗਏ ਦੂਰ ਹਨੇਰੇ। ਲੁਧਿਆਣਾ ਦੇ ਵਿੱਚ ਸਾਡਾ ਅੱਜ ਆ ਗਿਆ ਟ੍ਰੇਨ ਦੇ ਜਾ ਕੇ ਆਏ, ਬੜਾ ਐਕਸਾਈਟਡ ਸੀਗਾ ਉੱਥੇ ਦਾ ਕਰਾਊਡ, ਸੋ ਵੀ ਹੈਡ ਗ੍ਰੇਟ ਟਾਈਮ। ਅੱਜ ਪੰਜਵਾਂ ਦਿਨ ਹੈ ਸਾਡਾ ਪ੍ਰਮੋਸ਼ਨ ਦਾ, ਪ੍ਰੈਸ ਕਾਨਫਰੰਸ। ਮੇਰਾ ਨਾਮ ਪ੍ਰਦੀਪ ਸਿੰਘ ਸਰਾਇਆ ਜੀ, ਮੇਰੀ ਪਹਿਲੀ ਫਿਲਮ ਹੈ, ਡੈਬਿਊ ਕਰ ਰਿਹਾ ਤੇ 22 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਟ੍ਰੇਲਰ ਆ ਚੁੱਕਿਆ ਜੀ। ਲੁਧਿਆਣੇ ਦੀ ਪ੍ਰੈਸ ਦਾ ਨਿੱਘਾ ਸਵਾਗਤ ਕਰਦਾ ਜੀ, ਮੈਂ ਕੁਲਜਿੰਦਰ ਸਿੰਘ ਸਿੱਧੂ ਅਸੀਸ ਟੀਮ ਵੱਲੋਂ। ਸੋ ਫਿਲਮ ਜਿਹੜੀ ਅਸੀਸ 22 ਜੂਨ ਨੂੰ ਰਿਲੀਜ਼ ਹੋਣੀ ਆ, ਉਹਦੇ ਸੰਬੰਧ 'ਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਹਾਂ। ਤੁਹਾਡੇ ਕੋਲ ਮੈਨੂੰ ਲੱਗਦਾ ਬਹੁਤਿਆਂ ਨੇ ਟ੍ਰੇਲਰ ਨਹੀਂ ਦੇਖਿਆ, ਜੇ ਪੰਜਾਬੀ ਫਿਲਮਾਂ 'ਚ ਆਸ਼ਿਕ ਮਸ਼ਹੂਰ ਦੇ ਉੱਪਰ ਤਾਂ ਬਹੁਤ ਫਿਲਮਾਂ ਬਣਦੀਆਂ ਨੇ ਜੀ। ਪਹਿਲੀ ਵਾਰ ਮਾਂ ਅਤੇ ਪੁੱਤ ਦਾ ਇੱਕ ਰਿਸ਼ਤਾ ਲੈ ਕੇ ਆਏ ਹਾਂ, ਪੰਜਾਬੀ ਸਿਨੇਮਾ ਦੇ ਰਾਹੀਂ ਇੱਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਪਿਆਰ ਇਸ ਫਿਲਮ ਨੂੰ ਮਿਲਿਆ
ਇੱਕ ਨਵੇਂ ਕਿਸਮ ਦੇ ਸਿਨੇਮੇ ਦੀ ਸ਼ੁਰੂਆਤ ਹੋਊਗੀ। ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਅਲੱਗ ਅਲੱਗ ਥੀਮਸ 'ਤੇ ਅਲੱਗ ਅਲੱਗ ਜੋਨਰ ਦੀਆਂ ਫਿਲਮਾਂ ਬਣਦੀਆਂ, ਕੋਮੇਡੀ, ਰੋਮਾਂਟਿਕ, ਐਕਸ਼ਨ, ਅਤੇ ਇਹ ਜੋਨਰ ਹੈ ਜੀ ਸੋਸ਼ਲ ਡਰਾਮਾ ਦਾ। ਅਤੇ ਮੈਂ ਅਸੀਸ ਫਿਲਮ ਦਾ ਹਿੱਸਾ ਔਰ ਬਹੁਤ ਹੀ ਸੋਹਣਾ ਮੇਰਾ ਕੈਰੇਕਟਰ ਹੈ, ਜੋ ਕੈਰੇਕਟਰ ਮੈਂ ਪਹਿਲਾਂ ਕੀਤੇ ਉਸ ਤੋਂ ਬਹੁਤ ਹੀ ਅਲੱਗ ਕੈਰੇਕਟਰ ਹੋਏਗਾ। ਇਹ ਕਈ ਘਟਨਾਵਾਂ ਆਸੇ ਪਾਸੇ ਵੇਖੀਆਂ ਪਰਖੀਆਂ ਹੋਈਆਂ ਅਤੇ ਹੰਢਾਈਆਂ ਹੋਈਆਂ ਨੇ, ਉਹਨਾਂ ਦਾ ਰਲ ਗੱਡ ਹੈ ਇੱਕ ਕਹਾਣੀ ਬਣਾਈ। ਇਹ ਫਿਲਮ ਜੋ ਤੁਸੀਂ ਆਪਣੇ ਬੱਚਿਆਂ ਨਾਲ ਦੇਖਣ ਜਾਓਗੇ ਖੁਦ ਵੀ ਔਰ ਮਾਂ ਬਾਪ ਨਾਲ ਦੇਖਣ ਜਾਓਗੇ, ਇਹ ਫਿਲਮ ਤੋਂ ਬਾਅਦ ਮੈਂ ਇੰਨਾ ਜ਼ਰੂਰ ਕਰਦਾ ਕਿ ਫਿਲਮ ਪੈਸਾ ਪਤਾ ਨਹੀਂ ਕਿੰਨਾ ਕਮਾਏਗੀ, ਹਾਂ ਇੰਨਾ ਕੁ ਸ਼ਾਬਾਸ਼ ਲੈ ਲਏਗੀ ਕਿ ਕਈ ਰੁੱਸੇ ਹੋਏ ਪੁੱਤਾਂ ਨੂੰ ਮਾਵਾਂ ਨਾਲ ਜੋੜ ਦੇਗੀ, ਕਈ ਵਿਗੜੇ ਹੋਇਆਂ ਨੂੰ ਪੋਜ਼ਿਟਿਵ ਕਰ ਦੇਗੀ। ਇੰਨਾ ਮੈਨੂੰ ਬਹੁਤ ਜ਼ਿਆਦਾ ਭਰੋਸਾ ਹੈ ਆਡੀਅੰਸ ਦੇ ਉੱਤੇ। ਅੱਜ ਫੇਰ ਫਕੀਰਾ ਬੋਲਿਆ, ਉਹਨੇ ਭੇਤ ਅੰਦਰ ਦਾ ਖੋਲਿਆ। ਅੱਜ ਫੇਰ ਫਕੀਰਾ ਬੋਲਿਆ, ਉਹਨੇ ਭੇਤ ਅੰਦਰ ਦਾ ਖੋਲਿਆ। ਚੜ ਪਾਣੀ ਆ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵੰਸ ਅਗੇਨ ਲੁਧਿਆਣਾ 'ਚ ਘੁੰਮ ਰਿਹਾ ਅਜੇ, ਅਤੇ ਜਾਣੀ ਸਵੇਰਾ ਦੇ ਆਫਿਸ ਆ ਗਿਆ ਹੁਣ। ਹੁਣੇ ਪ੍ਰੈਸ ਕਾਨਫਰੰਸ ਹੋਈ ਸੀਗੀ ਅਤੇ ਪੰਜਵਾਂ ਦਿਨ ਚੱਲ ਰਿਹਾ ਪ੍ਰਮੋਸ਼ਨ, ਸਾਹਿਬ ਦੋ ਦਿਨ ਹੋਰ ਨੇ। ਜੋ ਉਹ ਖਬਰ ਹੈ ਪੱਕੀ, ਜੇ ਤੂੰ ਮਿੱਟੀ ਮੈਂ ਧੂੜ ਹਾਂ, ਇਹੋ ਗੱਲ ਸੱਚੀ। ਮਾਂ ਤੇ ਸਭ ਤੋਂ ਸੋਹਣਾ ਨਾਂ ਹੈ, ਮਾਂ ਤੇ ਸਭ